ਜਿਹੜੇ ਬੰਦੇ ਨੂੰ ਕੰਮ ਆਉਂਦਾ ਸਰਵਾਈਵ ਉਹ ਕਰਦਾ, ਨਹੀਂ ਇਕੱਲਾ ਖੂਬਸੂਰਤ ਬੰਦਾ ਇੱਕ ਜਾਂ ਦੋ ਸਾਲਾਂ ਦੇ ਵਿੱਚ ਝੜ ਜਾਂਦਾ ਮੇਰੇ ਖਿਆਲ, ਜਾਂ ਤਾਂ ਮੇਰੇ ਜੂੰਡੇ ਪਟਾਉਂਗੇ ਕਿਤੇ ਨਾ ਕਿਤੇ 365 ਦੇ ਨਹੀਂ ਸਾਰਿਆਂ ਦੇ ਆ, ਮੈਨਸ ਦੇ ਵੀ ਆ, ਵਮੈਨਸ ਦੇ ਵੀ ਆ, ਅਤੇ ਹਿਊਮੈਨਿਟੀ, ਪੀਸ ਅਤੇ ਇਹ ਸਾਰਾ ਕੁਝ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਮੇਰੇ ਨਾਲ ਇਸ ਟਾਈਮ ਬਾਲੀਵੁੱਡ ਦਾ ਉਹ ਉਭਰਦਾ ਤਾਰਾ ਜਿਹੜਾ ਇਸ ਟਾਈਮ ਬਹੁਤ ਹੀ ਜ਼ਿਆਦਾ ਚੜ੍ਹਾਈ ਕਰ ਚੁੱਕੇ, ਕਰੇ ਵੀ ਕੁਛ ਨਾ ਕਿਉਂ ਨਾ, ਕਿਉਂਕਿ ਇੰਨਾ ਖੂਬਸੂਰਤ, ਇੰਨੀ ਉਹਨਾਂ ਦੀ ਜਿਹੜੀ ਅਦਾਕਾਰੀ ਉਹ ਇੰਨੀ ਵਧੀਆ ਹੈਗੀ ਹੈ, ਉਹਨਾਂ ਦੀ ਆਵਾਜ਼ ਇੰਨੀ ਸੁਰੀਲੀ ਹੈ। ਮੇਰੇ ਨਾਲ ਨੇ ਅੱਜ ਐਮੀ ਵਿਰਕ। ਸਤਿ ਸ਼੍ਰੀ ਅਕਾਲ, ਪਿਆਰ ਪਿਆਰ ਸਤਿ ਸ਼੍ਰੀ ਅਕਾਲ। ਅੱਛਾ ਐਮੀ, ਸਭ ਤੋਂ ਪਹਿਲਾਂ ਤਾਂ ਲੌਂਗ ਲਾਚੀ ਬਾਰੇ ਆਪਣੇ ਕਿਰਦਾਰ ਬਾਰੇ ਦੱਸ। ਲੌਂਗ ਲਾਚੀ ਮੇਰੇ ਕਿਰਦਾਰ ਦਾ ਨਾਮ ਹੈ ਜੀ ਅਜੇ ਪਾਲ ਸਿੰਘ, ਅਤੇ ਬੜਾ ਬਾਗਵਾਲ ਇੱਕ ਕਰੈਕਟਰ ਹੈ ਜੀ ਫਿਲਮ ਦੇ ਵਿੱਚ। ਉਹ ਬੇਸਿਕਲੀ ਕਰੈਕਟਰਸ ਦੀ ਫਿਲਮ ਆ, ਉਹ ਬਹੁਤ ਤੁਹਾਨੂੰ ਨਵੇਂ ਚਿਹਰੇ ਫਿਲਮ ਦੇ ਵਿੱਚ ਵੇਖਣ ਨੂੰ ਮਿਲਣਗੇ, ਅਤੇ ਉਮੀਦ ਕਰਦਾ ਵੀ ਤੁਹਾਨੂੰ ਫਿਲਮ ਜ਼ਰੂਰ ਪਸੰਦ ਆਊਗੀ। ਸਵੇਰੇ ਰਿਲੀਜ਼ ਹੋ ਜਾਣੀ ਹੈ ਫਿਲਮ, ਅਤੇ ਮੈਂ ਇਕੱਲਾ ਨਹੀਂ ਗਾ, ਮੇਰੇ ਨਾਲ ਨੀਰੂ ਬਾਜਵਾ ਜੀ, ਅੰਬਰਦੀਪ ਸਿੰਘ, ਅਤੇ ਵੀਤ ਬਲਜੀਤ, ਅੰਮ੍ਰਿਤ ਮਾਨ, ਨਿਰਮ ਰਿਸ਼ੀ ਜੀ, ਪੰਗੂ ਮੈਡਮ, ਬੰਨੀ, ਮਕਨਾ ਸਾਹਿਬ, ਹੌਬੀ ਭਾਅ ਜੀ, ਅਤੇ ਹੋਰ ਪੰਜਾਬ ਦੇ ਕਾਫੀ ਵੱਡੇ ਦਿੱਗਜ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ। ਕਰੈਕਟਰਸ ਦੀ ਬਹੁਤ ਹੀ ਬਾਕਮਾਲ ਫਿਲਮ ਹੈ ਜੀ। ਟ੍ਰੇਲਰ ਨੂੰ ਵੇਖ ਕੇ ਤਾਂ ਲੱਗਦਾ ਹੈ ਕਿ ਜਿਹੜਾ ਅਜੇ ਪਾਲ ਦਾ ਕਰੈਕਟਰ ਇੱਕ ਸਸਪੈਂਸ ਕਰੈਕਟਰ ਹੈ, ਸਸਪੈਂਸ ਕ੍ਰੀਏਟ ਕੀਤਾ, ਉਹ ਸਸਪੈਂਸ ਬਾਰੇ ਦੱਸ। ਹਾਂਜੀ, ਉਹ ਸਸਪੈਂਸ ਨਹੀਂ ਮੈਂ ਤੁਹਾਨੂੰ ਰਿਵੀਲ ਕਰ ਸਕਦਾ, ਕੱਲ੍ਹ ਨੂੰ ਤੁਸੀਂ ਫਿਲਮ ਸਵੇਰੇ ਲੱਗ ਜਾਣੀ, ਜਾ ਕੇ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਵੇਖਿਓ। ਅਤੇ ਇੱਕ ਹੈਗਾ, ਹਾਂ ਮਤਲਬ ਇੱਕ ਥੋੜ੍ਹਾ ਡਿਫਰੈਂਸ਼ੀਏਟ ਆ, ਜਿੰਨੇ ਵਜੇ ਤੱਕ ਮੈਂ ਫਿਲਮਾਂ ਕੀਤੀਆਂ ਉਹਨਾਂ ਨਾਲ ਸਾਰਿਆਂ ਨਾਲ ਥੋੜ੍ਹਾ ਵੱਖਰਾ ਕਰੈਕਟਰ ਆ, ਉਹਦਾ ਨੇਚਰ ਥੋੜ੍ਹਾ ਵੱਖਰਾ, ਪਰ ਤੁਸੀਂ ਫਿਲਮ ਦੇ ਕਲਾਈਮੈਕਸ ਤੱਕ ਉਹਨੂੰ ਪੜ੍ਹ ਨਹੀਂ ਸਕਦੇ ਵੀ ਉਹਦੇ ਦਿਲ 'ਚ ਕੀ ਆ। ਲੌਂਗ ਲਾਚੀ ਜੀ, ਜਿਸ ਟਾਈਮ ਤੁਸੀਂ ਪੂਰੀ ਸਕ੍ਰਿਪਟ ਸੁਣੀ ਸੀ ਤਾਂ ਉਸ ਟਾਈਮ ਕੀ ਲੱਗਿਆ ਸੀ? ਤਾਂ ਮੈਂ ਸੁਣੀ ਨਹੀਂ ਸੀ, ਅਜੇ ਤੱਕ ਵੀ ਨਹੀਂ ਸੁਣੀ। ਅੱਛਾ, ਮੀਨਸ ਅੰਮ੍ਰਿਤਦੀਪ ਦਾ ਨਾਮ ਸੁਣ ਕੇ ਫਾਈਨਲ ਹੋ ਗਿਆ? ਅੰਮ੍ਰਿਤਦੀਪ ਸਿੰਘ ਬਹੁਤ ਹੁੰਦਾ ਜੀ, ਇੰਨਾ ਬਹੁਤ ਅਗਲੀ। ਅੱਛਾ, ਲੌਂਗ ਲਾਚੀ ਦੇ ਮਿਊਜ਼ਿਕ ਬਾਰੇ ਕੁਝ ਦੱਸੋ। ਲੌਂਗ ਲਾਚੀ ਦਾ ਮਿਊਜ਼ਿਕ ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ, ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਲੌਂਗ ਲਾਚੀ ਦੇ ਮਿਊਜ਼ਿਕ ਨੂੰ। ਲੌਂਗ ਲਾਚੀ ਟਾਈਟਲ ਟਰੈਕ, ਅਤੇ ਅੰਮ੍ਰਿਤ ਤੱਕ ਕੱਲ੍ਹ ਗਾਣਾ ਰਿਲੀਜ਼ ਹੋਇਆ, ਇੱਕ ਪ੍ਰਭ ਵੀਰ ਨੇ ਗਾਇਆ ਗਾਣਾ, ਸੈਡ ਸੌਂਗ ਹੈ, ਦੈਨ ਉਸ ਤੋਂ ਬਾਅਦ 'ਚ ਦੋ ਗਾਣੇ ਮੇਰੇ ਆਏ ਨੇ ਜੀ, ਅਤੇ ਫੋਕ ਸੀਗੇ ਬਿਲਕੁਲ, ਅਤੇ ਬਹੁਤ ਜ਼ਿਆਦਾ ਬਾਕਮਾਲ ਲਾਈਕ ਲਿਖੇ ਆ ਗਾਣੇ ਆਪਣਾ ਹਰਮਨਜੀਤ ਸਿੰਘ ਨੇ, ਅਤੇ ਮੈਂ ਵੀਰ ਦਾ ਬਹੁਤ ਬਹੁਤ ਥੈਂਕਸ ਕਰਦਾ। ਨੀਰੂ ਬਾਜਵਾ ਨਾਲ ਕੰਮ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਬਹੁਤ ਵਧੀਆ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਉਹਨਾਂ ਨਾਲ ਸਕਰੀਨ ਸ਼ੇਅਰ ਕਰ ਰਿਹਾ ਜੀ, ਅਤੇ ਮੈਂ ਖੁਸ਼ ਨਸੀਬ ਹਾਂ ਜੀ, ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਵੀ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੀ। ਹੁਣੇ ਤੱਕ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦੀ ਇੰਨੀ ਅੱਛੀ ਅੱਛੀ ਐਕਟ੍ਰੈਸਿਸ ਦੇ ਨਾਲ ਕੰਮ ਕਰ ਲਿਆ, ਨੀਰੂ ਬਾਜਵਾ ਟੌਪ ਐਕਟ੍ਰੈਸ ਮੰਨੀ ਜਾਂਦੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ, ਅਤੇ ਸਾਰਿਆਂ ਦਾ ਅਗਰ ਕੰਪੈਰੀਜ਼ਨ ਕੀਤਾ ਜਾਵੇ ਤਾਂ ਕਿਹਦੇ ਨਾਲ ਸਭ ਤੋਂ ਵਧੀਆ? ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ ਕੰਪੈਰੀਜ਼ਨ, ਹੋ ਹੀ ਨਹੀਂ ਸਕਦਾ, ਕਿਉਂਕਿ ਜਾਂ ਤਾਂ ਮੇਰੇ ਜੂੰਡੇ ਪਟਾਉਂਗੇ ਤੁਸੀਂ ਕਿਤੇ ਨਾ ਕਿਤੇ, ਕਿਉਂਕਿ ਇੰਨੀਆਂ ਹੈ ਨਾ ਕੁੜੀਆਂ, ਕਿਉਂਕਿ ਸਾਰਿਆਂ ਨਾਲ ਜਾਂ ਤਾਂ ਹੋਵੇ ਵੀ ਕਿਸੇ ਨਾਲ ਮਾੜਾ ਐਕਸਪੀਰੀਅੰਸ ਰਿਹਾ ਹੋਵੇ ਫਿਲਮਾਂ ਦੇ ਵਿੱਚ ਵੀ, ਜਾਂ ਕਿਸੇ ਨਾਲ ਕੋਈ ਫਿਲਮ ਚੱਲੀ ਨਾ ਹੋਵੇ, ਸਾਰਿਆਂ ਨਾਲ ਕੰਮ ਕੀਤਾ, ਸਾਰਿਆਂ ਨਾਲ ਫਿਲਮਾਂ ਚੱਲੀਆਂ, ਅਤੇ ਸਾਰਿਆਂ ਦੇ ਵਿੱਚ ਮੈਂ ਕੋਈ ਇਕੱਲੇ ਨੇ ਫਿਲਮਾਂ ਨਹੀਂ ਚਲਾਈਆਂ, ਉਹ ਅਤੇ ਜਿਹੜੀਆਂ ਹੀਰੋਇਨ ਸੀਗੀਆਂ ਫਿਲਮ ਦੇ ਵਿੱਚ, ਹੀਰੋਇਨਸ ਜਿੰਨੇ ਵੀ ਨਾਲ ਵੀ ਕੰਮ ਕੀਤਾ ਉਹ ਸਾਰੀਆਂ ਬਾਕਮਾਲ ਸੀ, ਅਤੇ ਸਾਰਿਆਂ ਨੂੰ ਕੰਮ ਆਉਂਦਾ, ਅਤੇ ਜਿਹੜੇ ਬੰਦੇ ਨੂੰ ਕੰਮ ਆਉਂਦਾ ਸਰਵਾਈਵ ਉਹ ਕਰਦਾ, ਨਹੀਂ ਇਕੱਲਾ ਖੂਬਸੂਰਤ ਬੰਦਾ ਇੱਕ ਜਾਂ ਦੋ ਸਾਲਾਂ ਦੇ ਵਿੱਚ ਝੜ ਜਾਂਦਾ ਮੇਰੇ ਖਿਆਲ। ਅੱਛਾ, ਐਮੀ ਨੂੰ ਲੈ ਕੇ ਅੱਜ ਕੱਲ੍ਹ ਇੱਕ ਹੋਰ ਕੁਐਸਚਨ ਉੱਠ ਰਹੇ ਕਿ ਐਮੀ ਬਹੁਤ ਜ਼ਿਆਦਾ, ਐਮੀ ਨੇ ਲੂਜ਼ ਵੇਟ ਬਹੁਤ ਜ਼ਿਆਦਾ ਲੂਜ਼ ਕਰ ਲਿਆ, ਦਾ ਰੀਜ਼ਨ? ਮੈਂ ਵਧਾਇਆ ਜੀ ਹੁਣ ਦੁਬਾਰਾ, ਪਹਿਲਾਂ ਇੱਕ ਵਾਰੀ ਫਿਲਮ ਸੀਗੀ ਹਾਕੀ 'ਤੇ, ਅਤੇ ਉਹਦੇ ਵਾਸਤੇ ਘਟਾਇਆ ਸੀਗਾ, ਉਹ ਕਾਫੀ ਅੰਡਰਵੇਟ ਸੀਗਾ, ਮੈਂ 10 ਕਿਲੋ ਭਾਰ ਆਪਣਾ ਜਿਵੇਂ ਲਾਈਕ 72 ਮੈਨੂੰ ਚਾਹੀਦਾ, ਹੁਣ 72 ਹੈ, ਅਤੇ ਉਦੋਂ ਮੈਂ 61 ਕੀਤਾ ਸੀਗਾ, ਅਤੇ ਪਹਿਲਾਂ ਜਦੋਂ ਮੈਂ ਬੰਬੂ ਘਾਟ ਵੇਲੇ ਸੀ ਨਿੱਕੇ ਜੈਲਦਾਰ ਵੇਲੇ, ਉਦੋਂ ਮੈਂ 84 ਸੀਗਾ, ਸੋ 22-23 ਕਿਲੋ ਭਾਰ ਘਟਾਇਆ ਮੈਂ। ਆਪਾਂ ਸਿੰਗਿੰਗ ਵੀ ਕਰ ਲਈ, ਆਪਾਂ ਐਕਟਿੰਗ ਵੀ ਕਰ ਲਈ, ਹੁਣ ਤਾਂ ਇੱਕ ਹੋਸਟ ਵੀ ਬਣ ਗਏ ਹਾਂ, ਰਹਿ ਕੀ ਗਿਆ? ਹੁਣ ਤਾਂ ਬੜਾ ਕੁਛ ਪਿਆ ਜੀ, ਇਹ ਤਾਂ ਸਿੱਖਣਾ ਹੈ, ਸਾਰਾ ਕੁਛ ਹੀ ਸਿੱਖਣਾ, ਇਹ ਤਾਂ ਆਉਂਦਾ ਕੁਛ ਨਹੀਂ, ਇਹ ਤਾਂ ਵੈਸੇ ਹੱਥ ਖੋਲਦੇ ਹਾਂ ਜੀ। ਮੀਨਸ ਡਾਇਰੈਕਟਰ ਬਣਨ ਦੀ ਤਿਆਰੀ 'ਚ? ਨਹੀਂ, ਡਾਇਰੈਕਟਰ ਅਜੇ ਨਹੀਂ ਗਾ ਫਿਲਹਾਲ ਦੀ ਕਿਹੜੀ, ਜਿੰਨਾ ਚਿਰ ਐਕਟਿੰਗ ਚੱਲਦੀ ਹੈ ਡਾਇਰੈਕਟਰ ਨੇ ਡਾਇਰੈਕਸ਼ਨ ਨਹੀਂ ਕਰਦੇ, ਪਰ ਕਰਾਂਗੇ ਜ਼ਰੂਰ। ਐਮੀ ਦਾ ਨੈਕਸਟ ਟਰੈਕ ਕਦੋਂ ਆ ਰਿਹਾ? ਰਾਈਟ ਵੇ, ਲੌਂਗ ਲਾਚੀ ਤੋਂ ਬਾਅਦ 'ਚ। ਸੋ ਆਲ ਦਾ ਵੈਰੀ ਬੈਸਟ ਫੋਰ ਲੌਂਗ ਲਾਚੀ। ਲੇਕਿਨ ਇੱਕ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਹੈ, ਤੁਸੀਂ ਕੀ ਕਹਿਣਾ ਚਾਹੋਗੇ ਵਿਮਨ ਆਫ ਦਾ ਸੋਸਾਇਟੀ ਲਈ? ਅਤੇ ਸਾਰਿਆਂ ਨੂੰ ਵਧਾਈਆਂ, ਹੈਪੀ ਵੁਮਨਸ ਡੇ, ਅਤੇ ਮੇਰੇ ਖਿਆਲ ਇੱਕ ਦਿਨ ਰੱਖਣ ਨਾਲ ਨਹੀਂ ਕੁਛ ਬਣਦਾ, ਪਤਾ ਨਹੀਂ ਕਿਹਨੇ ਰੱਖਿਆ ਹੋਣਾ, ਕਿਸੇ ਸਿਆਣੇ ਬੰਦੇ ਨੇ ਰੱਖਿਆ ਹੋਣਾ, ਵੈਸੇ ਇੱਕ ਬਹੁਤ ਹੀ ਸਿਆਣੀ ਗੱਲ ਤਾਂ ਹੈ ਨਹੀਂ, ਇੱਕ ਦਿਨ ਰੱਖਣ ਨਾਲ ਨਹੀਂ ਕੁਛ ਹੁੰਦਾ, ਸਾਰੇ ਦੇ 365 ਦੇ ਨਹੀਂ ਸਾਰਿਆਂ ਦੇ ਆ, ਮੈਨਸ ਦੇ ਵੀ ਆ, ਵੁਮਨਸ ਦੇ ਵੀ ਆ, ਅਤੇ ਹਿਊਮੈਨਿਟੀ, ਪੀਸ, ਅਤੇ ਇਹ ਸਾਰਾ ਕੁਛ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਮੇਰੇ ਵੱਲੋਂ ਫਿਰ ਵੀ ਵਧਾਈਆਂ ਤੁਹਾਨੂੰ, ਇੱਕ ਜਿਹੜਾ ਦਿਨ ਹੈਗਾ ਤੁਹਾਡਾ ਉਹਦੇ ਲਈ। ਜਾਂਦੇ ਜਾਂਦੇ ਲੌਂਗ ਲਾਚੀ ਦੇ ਕਿਸੇ ਵੀ ਸੌਂਗ ਦੀਆਂ ਦੋ ਕਲਾਈਨਾਂ। ਗੱਲਾਂ ਵਸ ਤੋਂ ਬਾਹਰ ਦੀਆਂ, ਗੱਲਾਂ ਵਸ ਤੋਂ ਬਾਹਰ ਦੀਆਂ, ਜਿਨ੍ਹਾਂ ਨੇ ਆ ਜੱਗ ਲੁੱਟਿਆ, ਜੱਗ ਲੁੱਟਿਆ, ਦੋਨੇ ਅੱਖੀਆਂ ਨਾਰ ਦੀਆਂ, ਦੋਨੇ ਅੱਖੀਆਂ ਨਾਰ ਦੀਆਂ। ਥੈਂਕ ਯੂ। ਕੀ ਬਾਤ ਹੈ ਜੀ, ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਬੈਸਟ। ਥੈਂਕ ਯੂ ਸੋ ਮਚ ਜੀ, ਥੈਂਕ ਯੂ, ਥੈਂਕ ਯੂ। ਜਿਹੜੇ ਬੰਦੇ ਨੂੰ ਕੰਮ ਆਉਂਦਾ ਸਰਵਾਈਵ ਉਹ ਕਰਦਾ, ਨਹੀਂ ਇਕੱਲਾ ਖੂਬਸੂਰਤ ਬੰਦਾ ਇੱਕ ਜਾਂ ਦੋ ਸਾਲਾਂ ਦੇ ਵਿੱਚ ਝੜ ਜਾਂਦਾ ਮੇਰੇ ਖਿਆਲ, ਜਾਂ ਤਾਂ ਮੇਰੇ ਜੂੰਡੇ ਪਟਾਉਂਗੇ ਕਿਤੇ ਨਾ ਕਿਤੇ, 365 ਦੇ ਨਹੀਂ ਸਾਰਿਆਂ ਦੇ ਆ, ਮੈਨਸ ਦੇ